ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਕੀ ਹਾਲ ਚਾਲ ਆ ਅੱਜ ਤੁਹਾਨੂੰ ਨਾ ਇੱਕ ਕਾਮਯਾਬ ਇਨਸਾਨ ਦੀ ਸਫਲਤਾ ਦੀ ਕਹਾਣੀ ਸੁਣਾਉਣਾ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਜੈਸ ਕੰਸਟਰਕਸ਼ਨ ਆ ਤੁਸੀਂ ਦੇਖ ਹੀ ਰਹੇ ਹੋ ਮਸ਼ੀਨਾਂ 'ਤੇ ਨਾ ਇਹ ਸਭ ਸਾਡੇ ਬੌਸ ਦੀਆਂ ਮਸ਼ੀਨਾਂ ਨੇ ਅਤੇ ਸਾਡਾ ਬੌਸ ਜਿਹੜਾ ਸਰਦਾਰ ਜਸਵਿੰਦਰ ਸਿੰਘ ਸਹੋਤਾ ਜਿਵੇਂ ਉਹ ਦੱਸਦੇ ਨੇ ਉਹਨਾਂ ਦੇ ਕਹੇ ਅਨੁਸਾਰ ਇੱਕ ਜੀਰੋ ਤੋਂ ਮਤਲਬ ਉੱਠੇ ਨੇ ਉਹ ਅਤੇ ਬਹੁਤ ਮਾੜੇ ਹਾਲਾਤਾਂ 'ਚੋਂ ਨਿਕਲੇ ਨੇ ਨੱਬਿਆਂ ਤੋਂ ਪਹਿਲਾਂ ਕਿਤੇ ਅਮੈਰੀਕਾ ਆਏ ਸੀਗੇ ਅਤੇ ਅਮੈਰੀਕਾ ਤੋਂ ਫਿਰ ਮੂਵ ਹੋਏ ਕਨੇਡਾ ਅਤੇ ਸਖ਼ਤ ਮਿਹਨਤ ਕੀਤੀ ਹੱਥੀਂ ਮਿਹਨਤ ਕੀਤੀ ਜਾਣੀ ਹੱਥੀਂ ਕੰਮ ਕੀਤਾ ਕੋਈ ਚਲਾਕੀਆਂ ਨਹੀਂ ਕੀਤੀਆਂ ਕਿਸੇ ਨਾਲ ਅਤੇ ਕੋਈ ਹੇਰਾ ਫੇਰੀਆਂ ਠੱਗੀਆਂ ਨਹੀਂ ਮਾਰੀਆਂ ਕਨੇਡਾ 'ਚ ਜਿਵੇਂ ਆਮ ਮਾਰਦੇ ਆ ਮਿਹਨਤ ਕੀਤੀ ਆ ਅਤੇ ਉਹ ਮਿਹਨਤ ਦੇ ਸਦਕਾ ਹੁਣ ਜਾਣੀ ਸਾਲ ਦਾ 8 ਤੋਂ 10 ਮਿਲੀਅਨ ਦਾ ਜਿਹੜਾ ਇਹ ਕੰਮ ਕਰਦੇ ਆ 8 ਤੋਂ 10 ਮਿਲੀਅਨ ਦਾ ਇੱਕ ਸਾਲ ਦੇ ਵਿੱਚ ਅਤੇ ਇੱਥੇ ਪੰਜਾਬੀਆਂ ਨੂੰ ਪੰਜਾਬੀ ਕੋਈ ਕੰਮ ਨਹੀਂ ਦਿੰਦਾ ਅਤੇ ਇਹਨਾਂ ਕੋਲ ਜਿਹੜਾ ਜ਼ਿਆਦਾਤਰ ਕੰਮ ਆ ਗੋਰਿਆਂ ਦੀਆਂ ਕੰਪਨੀਆਂ ਦਾ ਆਉਂਦਾ ਤੁਹਾਨੂੰ ਪਤਾ ਫਿਰ ਜੇ ਗੋਰਿਆਂ ਦੀਆਂ ਕੰਪਨੀਆਂ ਦਾ ਕੰਮ ਆਉਂਦਾ ਤਾਂ ਕਿਉਂ ਆਉਂਦਾ ਕਿਉਂਕਿ ਕੰਮ ਕਰਦੇ ਆ ਤਣੋ ਮਣੋ ਪੂਰਾ ਕੰਮ ਕਰਦੇ ਆ ਤਾਂ ਕਰਕੇ ਕੰਮ ਆਉਂਦਾ ਅਤੇ ਬਹੁਤ ਹੀ ਚੰਗੇ ਇਨਸਾਨ ਨੇ ਇੱਥੇ ਲੋਕ ਕਨੇਡਾ ਦੇ ਵਿੱਚ $30,000-$35,000 ਮੰਗਦੇ ਆ ਜੇ ਕਿਸੇ ਨੂੰ ਵਰਕ ਪਰਮਿਟ ਦੇਣਾ ਅਤੇ ਇਹ ਇਨਸਾਨ ਨੇ ਜਿਹੜਾ 1 ਰੁਪਈਆ ਤੱਕ ਨਹੀਂ ਲੈਂਦੇ ਅਤੇ ਜਿਵੇਂ ਤੁਸੀਂ ਤਾਂ ਜ਼ਿਆਦਾਤਰ ਵੀਡੀਓ ਦੇਖਦੇ ਹੋ ਇਕੱਲੀਆਂ ਆਹ ਫਰੇਮਿੰਗ ਦੀਆਂ ਹੀ ਅਤੇ ਇਹ ਗਰੁੱਪ ਆਫ ਕੰਪਨੀ ਆ ਜਿੱਦਾਂ ਇਹਨਾਂ ਦੀ ਡਰਾਈਵਾਲ ਦੀਆਂ ਕੰਪਨੀ ਵੀ ਹੈਗੀ ਆ ਅਤੇ ਪਲਸਤਰ ਦੀ ਵੀ ਐਕਸਕਾਵੇਟਿੰਗ ਦੀ ਵੀ ਅਤੇ ਇਹਨਾਂ ਕੋਲ 250 ਤੋਂ 300 ਵਾਂਗੂ ਬੰਦਾ ਕੰਮ ਕਰਦਾ ਅਤੇ ਵੱਖੋ ਵੱਖ ਥਾਵਾਂ 'ਤੇ ਇਹਨਾਂ ਦੀਆਂ ਜੋਬਾਂ ਚੱਲਦੀਆਂ ਵੈਨਕੂਵਰ ਸਰੀ ਲੈਂਗਲੀ ਅਤੇ ਹੋਰ ਵੀ ਕਈ ਥਾਵਾਂ 'ਤੇ 4-5 ਸਾਲ ਤਾਂ ਮੈਨੂੰ ਇਹਨਾਂ ਨਾਲ ਕੰਮ ਕਰਦੇ ਨੂੰ ਹੋ ਗਿਆ ਅਤੇ ਜਿਹੜਾ ਵੀ ਲੋੜਵੰਦ ਆਉਂਦਾ ਇਨਸਾਨ ਉਹਦੀ ਫੁੱਲ ਮਦਦ ਕਰਦੇ ਆ ਮਤਲਬ ਕਿ ਜਿਹੜਾ ਇਹਨਾਂ ਦੇ ਨਾਲ ਜੁੜ ਗਿਆ ਮੈਂ ਤਾਂ ਇਹ ਹਿਸਾਬ ਲਾਇਆ ਇੱਥੇ ਉਹ ਸਮਝ ਲਓ ਵੀ ਇਹਨਾਂ ਦੇ ਵਰਕ ਪਰਮਿਟ 'ਤੇ ਬੰਦਾ ਅਤੇ ਉੱਧਰੋਂ PR ਬੰਦਾ ਇੱਕ ਬਰਾਬਰ ਆ ਸਭ ਸੁੱਖ ਸਹੂਲਤਾਂ ਮਿਲਦੀਆਂ ਨੇ ਕੰਪਨੀ ਵੱਲੋਂ ਇੰਸ਼ੋਰੈਂਸ ਸਭ ਕੁਛ ਮਿਲਦਾ ਵਾ ਅਤੇ ਕੰਮ ਵੀ ਫੁੱਲ ਮਿਲਦਾ ਜਾਣੀ ਆ ਪਿੱਛੇ ਜੇ ਅਤੇ ਹੁਣ ਵੀ ਲੋਕ ਰੌਲਾ ਪਾਉਂਦੇ ਆ ਵੀ ਕੰਮ ਨਹੀਂ ਹੈਗੇ ਕਰੋਨਾ ਦੇ ਵਿੱਚ ਵੀ ਕਹਿੰਦੇ ਹੁੰਦੇ ਸੀ ਅਤੇ ਮਹਾਰਾਜ ਦੀ ਇੰਨੀ ਕਿਰਪਾ ਆਹ ਕੰਪਨੀ 'ਚੋਂ ਕਦੀ ਕੰਮ ਨਹੀਂ ਕੱਢਿਆ ਪੂਰਾ ਫੁੱਲ ਟਾਈਮ ਫੁੱਲ ਕੰਮ ਹੀ ਚੱਲਦਾ ਅਤੇ ਬਾਬੇ ਨਾਨਕ ਦੀ ਕਿਰਪਾ ਪੂਰੀ ਇਹ ਇਨਸਾਨ ਨੇ ਸਮਝ ਲਓ ਵੀ ਇਹ ਇਹਨਾਂ ਨੇ ਕੰਪਨੀ 98-99 ਦੇ ਵਿੱਚ ਇਹ ਖੋਲ੍ਹੀਆਂ ਸੀ ਅਤੇ ਫਰਸ਼ ਤੋਂ ਅਰਸ਼ ਤੱਕ ਪਹੁੰਚੇ ਨੇ ਅਤੇ ਬਹੁਤ ਹੀ ਚੰਗੇ ਇਨਸਾਨ ਨੇ ਇਹਨਾਂ ਦਾ ਪਿੰਡ ਜਿਹੜਾ ਪਿੱਛੋਂ ਆ ਉਹ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਨਾਂ ਤਾਂ ਨਹੀਂ ਮੈਂ ਪਿੰਡ ਦਾ ਦੱਸ ਸਕਦਾ ਅਤੇ ਤੁਸੀਂ ਜੈਸ ਕੰਸਟਰਕਸ਼ਨ ਗੂਗਲ ਕਰਕੇ ਲੱਭ ਸਕਦੇ ਹੋ ਵੀ ਕਿੱਥੋਂ ਕੁ ਤੱਕ ਮਾਰ ਆ ਇਹਨਾਂ ਦੀ ਕਿੰਨਾ ਕੁ ਕੰਮ ਆ ਅਤੇ ਡਾਊਨ ਟੂ ਅਰਥ ਬੰਦੇ ਨੇ ਠੀਕ ਆ
ਅਤੇ ਡਾਊਨ ਟੂ ਅਰਥ ਕਰਕੇ ਹੀ ਪਰਮਾਤਮਾ ਨੇ ਜਿਹੜਾ ਇੱਥੋਂ ਤੱਕ ਬੁਲੰਦੀਆਂ ਤੱਕ ਪਹੁੰਚਾਇਆ। ਅਤੇ ਬਾਕੀ ਇਹ ਵੀਡੀਓ ਤਾਂ ਬਣਾ ਰਿਹਾ ਮੈਂ, ਇਹ ਇਹਨਾਂ ਬਾਰੇ ਦੱਸਣੀ ਜ਼ਰੂਰੀ ਸੀ ਕਿਉਂਕਿ ਮੈਨੂੰ ਕਮੈਂਟਾਂ ਦੇ ਵਿੱਚ ਕਈ ਪੁੱਛਦੇ ਸੀ ਬਾਈ ਕੰਪਨੀ ਤੇਰੀ ਆ, ਅਤੇ ਹਾਂਜੀ ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਵੀ ਇਹ ਹੈਗੇ ਨੇ ਜਸਵਿੰਦਰ ਸਿੰਘ ਜੀ ਸਹੋਤਾ, ਇਹਨਾਂ ਦੀ ਕੰਪਨੀ ਆ। ਬੀ ਸੀ ਦੇ ਵਿੱਚ ਇਹਨਾਂ ਦੇ ਬਰਾਬਰ ਦੀ ਕੋਈ ਕੰਪਨੀ ਨਹੀਂ ਹੈਗੀ ਜਿੱਦਾਂ ਕੰਸਟਰਕਸ਼ਨ ਦੀ ਫਰੇਮਿੰਗ ਦਾ ਜਿਹੜਾ ਕੰਮ ਕਰਦੇ ਹੋਣਗੇ, ਠੀਕ ਆ। ਅਤੇ ਬਾਕੀ ਤੁਸੀਂ ਆਪ ਵੀ ਤਾਮ ਝਾਮ ਦੇਖ ਸਕਦੇ ਹੋ, ਮੇਰੀਆਂ ਕਈ ਵੀਡੀਓ ਹੈਗੀਆਂ ਇਹਨਾਂ ਦੇ ਕੰਮ ਦੇ ਬੇਸਡ ਮੇਰੇ ਇਹਦੇ ਚੈਨਲ 'ਤੇ। ਅਤੇ ਮਸ਼ੀਨਰੀ ਸਾਰਾ ਕੁਛ ਮਤਲਬ ਪੇ ਫੁੱਲ ਆ, ਠੀਕ ਆ। ਅਤੇ ਜਿੰਨੀ ਵੀ ਕਿਸੇ ਦੀ ਮਦਦ ਹੁੰਦੀ ਆ ਕਰਦੇ ਆ, ਲੋੜਵੰਦ ਬੰਦੇ ਦੇ ਨਾਲ ਖੜ੍ਹਦੇ ਆ, ਠੀਕ ਆ। ਜਿਵੇਂ ਕਹਿੰਦੇ ਨਹੀਂ ਹੁੰਦੇ ਵੱਡਾ ਬੰਦਾ ਉਹ ਹੁੰਦਾ ਜਿਹਦੇ ਕੋਲੇ ਬੈਠਿਆਂ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ, ਤਾਂ ਇਹ ਉਹ ਇਨਸਾਨ ਨੇ। ਅਸੀਂ ਤਾਂ ਵਿਚਰੇ ਹਾਂ, ਇਹਨਾਂ ਦੇ ਨਾਲ ਕੰਮ ਕਰਦੇ 5 ਸਾਲ ਹੋ ਗਏ ਆ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਨਹੀਂ ਤਾਂ ਕਨੇਡਾ ਦੇ ਲੋਕ ਤਾਂ ਦੇਖਿਆ ਜਿਹੜੇ ਪੁਰਾਣੇ ਆ, ਸਿੱਧੇ ਮੂੰਹ ਨਹੀਂ ਕਿਸੇ ਨੂੰ ਬੁਲਾਉਂਦੇ। ਜਿਹੜੇ ਕਨੇਡਾ ਦੇ ਵਿੱਚ ਹੈਗੇ ਉਹਨਾਂ ਨੂੰ ਪਤਾ ਹੀ ਆ, ਠੀਕ ਆ। ਅਤੇ ਨਹੀਂ ਪਰ ਇਹਨਾਂ ਦੇ ਵਿੱਚ ਇਹ ਗੱਲ ਨਹੀਂ ਹੈਗੀ, ਬਹੁਤ ਵਧੀਆ ਇਨਸਾਨ ਨੇ। ਅਤੇ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਨੂੰ ਤਰੱਕੀਆਂ ਬਖਸ਼ੇ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੇ ਕੰਮਾਂ 'ਚ, ਅਸੀਂ ਕਹਿੰਦੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਹੋਵੇ, ਮਹਾਰਾਜ ਇਹਨਾਂ ਨੂੰ ਦੇਵੇ, ਇਹਨਾਂ ਤੋਂ ਅੱਗੇ ਅਸੀਂ ਲੈ ਲੈਣਾ, ਠੀਕ ਆ। ਅਤੇ ਤੁਸੀਂ ਕੁਛ ਜਾਣਨਾ ਬੁੱਝਣਾ ਉਹ ਪੁੱਛਣਾ ਦੱਸਣਾ ਤਾਂ ਕਮੈਂਟ ਕਰ ਦਿਆ ਕਰੋ, ਠੀਕ ਆ। ਅਤੇ ਤੁਹਾਨੂੰ ਉਹ ਕਮੈਂਟ ਪੜ੍ਹ ਕੇ ਫਿਰ ਉਸ ਹਿਸਾਬ ਦੀ ਵੀਡੀਓ ਬਣਾ ਕੇ ਅਤੇ ਆਪਾਂ ਪਾ ਦਿਆ ਕਰਾਂਗੇ। ਅਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਅਤੇ ਚਲੋ ਫਿਰ ਦੇਖਿਆ ਕਰੋ ਵੀਡੀਓ, ਸਤਿ ਸ਼੍ਰੀ ਅਕਾਲ। ਇੰਡੀਆ ਹੁੰਦਾ ਤਾਂ ਹੁਣ ਊਂ ਫੁੱਲ ਕੇ ਬਿਸਕੁਟ ਅਰਗੀ ਹੋਈ ਹੋਣੀ ਸੀ। ਆ ਦੇ ਦਿਓ ਮੇਰਾ ਪਾਣੀ ਖੜਾ, ਇਹ ਇੱਦਾਂ ਹੀ ਰਹਿਣੀ ਆ। 50 ਸਾਲ ਇਹਦੇ ਉੱਤੇ ਗਰੰਟੀ ਲਿਖਿਆ ਹੁੰਦਾ। ਥਰਟੀ ਏਟ ਵਾਇਆ ਏਟੀ ਥ੍ਰੀ ਦਾ ਡੋਰ ਬਣਨਾ ਹੈ। ਓਕੇ ਕੀ ਕਹਿੰਦੇ ਆ? ਰਫ ਐਂਟਰੀ ਓਕੇ। ਇਹ ਸਾਡੇ ਡਾਕਟਰ ਸਾਹਿਬ ਨੇ, ਪੂਰੇ ਐਕਸਪਰਟ ਬੰਦੇ ਨੇ।
ਦਰਦ ਸਾਂਝਾਂ ਵਾਲਾ ਨਾਮ ਦਿਲਾਂ ਉੱਤੇ ਲਿਖਿਆ, ਖਾਸਾ ਜ਼ੋਰ ਲੱਗ ਜੂ ਮਿਟਾਉਣ ਦੇ ਲਈ। ਇੱਥੇ ਹੀ ਲੱਗਾ ਸੀ ਕੱਲ੍ਹ ਸ਼ੋਅ ਸਾਂਝਾਂ ਵਾਲੇ ਦਾ ਵੈਨਕੂਵਰ ਸਿਟੀ 'ਚ। ਆਹੀ ਆ ਵੈਨਕੂਵਰ ਡੀਸੀ ਪਲੇਸ ਦੇ ਵਿੱਚ ਲੱਗਾ ਸੀ, ਕਹਿੰਦੇ ਸੋਲਡ ਆਊਟ ਰਿਹਾ। ਹਾਂ ਤੁਹਾਡਾ ਤਾਂ ਟਾਈਮ ਹੀ ਨਹੀਂ ਲੱਗਾ ਜਾਣ ਨੂੰ, ਗਏ ਸੀ ਸਾਡੇ ਬੰਦੇ ਨਾਲ ਦੇ ਕਈ ਦੇਖਣ, ਤੁਹਾਡਾ ਟਾਈਮ ਹੀ ਨਹੀਂ ਸੀ। ਆਹ ਹੁਣ ਪਾ ਰਿਹਾ ਛੱਤ, ਆਹ ਵਿਚਾਰਾ ਇੱਦਾਂ ਫੱਟੇ ਪਾ ਕੇ, ਆਹ ਫੱਟੇ ਪਾ ਕੇ ਹੁਣ ਇਹਨਾਂ 'ਤੇ ਪਲਾਈਆਂ ਪੈ ਜਾਣੀਆਂ। ਇਹ ਪੈ ਗਿਆ ਲੈਂਟਰ, ਇਹ ਪੈ ਗਈ ਛੱਤ। ਕੈਨੇਡਾ 'ਚ ਪੰਜਾਬੀ ਨੂੰ ਕਿੰਨੀ ਅਹਿਮੀਅਤ ਮਾਨਤਾ ਮਿਲੀ ਹੋਈ ਆ। ਇੰਗਲਿਸ਼ ਲਿਖੀ ਆ, ਦੇਖ ਲਓ ਪੰਜਾਬੀ ਵੀ ਲਿਖੀ ਆ। ਦੈਟਸ ਵਾਈ ਵੀ ਲਵ ਕੈਨੇਡਾ।
ਆਪਣੇ ਯੋਧੇ ਸਾਰੇ ਡਟੇ ਹੋਏ ਆ।